ਆਹ ਸਾਡਾ ਪੰਪ ਆ ਜੀ, ਅਤੇ ਤਾਰ ਤੁਹਾਡੇ ਸਾਹਮਣੇ ਹੀ ਆ। ਤਾਰ 'ਚ ਸਿਰਫ 36 ਜੋੜ ਆ, 36 ਜੋੜਾਂ ਦੀ ਵਜ੍ਹਾ ਤੋਂ ਇਹ ਪੰਪ ਚੱਲ ਨਹੀਂ ਸੀ ਰਿਹਾ। ਕਿਸੇ ਇੱਕ ਕੋਈ ਦੱਸਾਂ ਇੱਕ ਤੋਂ ਲੈ ਕੇ 10 ਜੋੜਾਂ 'ਚ ਕਿਤੇ ਮਸਲਾ ਸੀ। ਹਾਂਜੀ, ਇਹ ਸਾਡੇ ਨਾ ਘਰ ਦਾ ਇੱਕ ਕਾਰੀਗਰ ਮੁੰਡਾ, 8 ਦਿਨ ਹੋ ਗਿਆ ਕੰਮ 'ਤੇ ਜਾਂਦੇ ਹਾਂ, ਅਤੇ ਉਹਨੇ ਨਾ ਜੋੜ ਲਾਏ ਆ ਜੀ, ਅਤੇ ਉਹ ਪੰਪ ਨਾ ਪਟਾਕੇ ਮਾਰ ਗਿਆ ਜੀ। ਹੁਣ ਮਕੈਨਿਕ ਸੱਦਿਆ ਵਾ, ਅਤੇ ਮਕੈਨਿਕ ਨੇ ਪਹਿਲੇ ਮੈਨੂੰ ਧੁੱਪੇ ਖਪਾਇਆ ਵਾ, ਅਤੇ ਆਹ ਮੇਰਾ ਪਸੀਨੋ ਪਸੀਨ ਸਾਰਾ ਸਰੀਰ ਕਰਤਾ ਉਹਨੇ। ਹਾਂਜੀ, ਇਹਨੂੰ ਪਸੀਨਾ ਹੀ ਕਹਿੰਦੇ ਆ। ਅਤੇ ਹੁਣ ਉਸਤਾਦ ਜੀ ਰਹਿ ਗਿਆ, ਉਸਤਾਦ ਆਹ ਠੀਕ ਕਰਨ ਦਿਆ ਵਾ, ਹੁਣ ਆਪਦੀ ਉਸਤਾਦੀ ਦਿਖਾ ਰਿਹਾ ਵਾ, ਅਤੇ ਇਹਨੂੰ ਖੋਲ੍ਹ ਕੇ ਉਹਨੇ ਰੱਖ ਦਿੱਤਾ ਵਾ, ਅਤੇ ਹੁਣ ਇਹ ਕਹਿੰਦਾ ਵੀ ਇਹ ਸੌਣ ਵਾਲਾ, ਉਹ ਕਹਿੰਦਾ ਵਾ ਵੀ ਇਹਦਾ ਫੁੱਲ ਗਿਆ ਉਤਲਾ। ਪਾਣੀ ਉਸਤਾਦ ਜੀ ਘਰ ਨਹੀਂ ਆਇਆ, ਅਤੇ ਮੈਂ ਸੁਬਹਾ ਦਾ ਨਾ ਨਹਾਤਾ ਨਾ ਹੱਗਿਆ। ਹਾਂਜੀ ਹਾਂਜੀ, ਉਹ ਟੈਂਕੀ ਨਾ ਜਿਹੜੀ ਅੱਜ ਅਤੇ ਉੱਤੇ ਉਹ ਦਿੱਤਾ ਹੋਇਆ ਵਾ ਆਪਣਾ ਦਰਵਾਜ਼ਾ ਜਿਹਾ, ਇਹਦੇ ਵਿੱਚ ਨਾ ਆਹ ਦਰਖਤ ਦੇ ਪੈ ਗਏ ਪੱਤੇ ਜੇ, ਅਤੇ ਉਸਤਾਦ ਜੀ ਉਹ ਪਾਣੀ ਹੋ ਗਿਆ ਖਰਾਬ। ਆਹ ਆਉਂਦਾ ਵੀ ਪੱਖਾ ਵੀ ਇਹਨੂੰ ਆਹ ਲਾ ਕੇ ਦਿੱਤਾ ਉਸਤਾਦ ਜੀ, ਹਵਾ ਟਣਾ ਟਣ ਮਾਰਨ ਦਿਆ ਵਾ ਇਹਦੇ ਉੱਤੇ। ਆ ਦੇਖ, ਠੀਕ ਹੈ ਜੀ, ਇਹਦੇ ਵਾਲ ਨੇ, ਮੇਰੇ ਵਾਲ ਉੱਡੀ ਜਾਂਦੇ, ਇਹਦੇ ਕੱਪੜੇ ਉੱਡੀ ਜਾਂਦੇ, ਅੱਲਾ ਹੀ ਆ ਜੀ। ਹੁਣ ਦੇਖੋ ਕਿਦੋਂ ਠੀਕ ਹੁੰਦਾ ਇਹ ਪੰਪ, ਅਤੇ ਆਹ ਵੇਖੋ ਜੀ ਆਹ ਨਾਲਾ ਪਾਇਆ ਵੀ ਕਿਤੇ ਲਿਥ ਨਾ ਜਾਏ ਪੈਪ। ਕੰਮ ਉਸਤਾਦ ਜੀ ਸਾਰੇ ਹੀ ਆਪਣੇ ਮੋਟੇ ਕੰਮ ਆ, ਮਾੜੀ ਸ਼ਾਇਦ ਹੀ ਪਾਈ ਨਾ। ਆਹ ਮਕੈਨਿਕ ਆ ਜੀ, ਮਕੈਨਿਕ ਵੀ ਤੁਹਾਡੇ ਸਾਹਮਣੇ ਆ ਜੀ, ਮਕੈਨਿਕ ਵੀ ਥੋੜ੍ਹਿਆ ਹੋਇਆ ਮਕੈਨਿਕ ਆ ਜੀ। ਹਾਂਜੀ ਹਾਂਜੀ, ਮਕੈਨਿਕ ਨੇ ਉਸਤਾਦ ਜੀ ਧੀ ਭੈਣ ਕਰਤੀ ਬਾਹਰ ਜੀ, ਇੱਕ ਮੇਰੇ ਭਰਾ ਨੂੰ ਇਹਨੇ ਬਾਹਰ ਤਾਰ ਪੁੱਟਣ 'ਤੇ ਲਾਤਾ, ਇਹਨੇ ਕਿਹਾ ਜੀ ਤਾਰ ਪੁੱਟ, ਇਹਨੇ ਕਿਹਾ ਜੀ ਮੈਨੂੰ ਗਰਮੀ ਸੱਦਿਆ ਵਾ, ਅਤੇ ਫਿਰ ਮੈਂ ਵੀ ਤੁਹਾਨੂੰ ਗਰਮੀ ਵਾਲਾ ਤਾਂ ਕਰਕੇ ਜਾਊਂਗਾ। ਹੁਣ ਦੇਖੋ ਜੀ ਸੱਦਿਆ ਉਹਨਾਂ ਨੂੰ ਕੁਛ ਕਹਿ ਤਾਂ ਨਹੀਂ ਨਾ ਸਕਦੇ, ਕਿਉਂ ਉਸਤਾਦ ਜੀ? ਹਾਂਜੀ ਹਾਂਜੀ, ਮੋਟਰ ਹੀ ਖੇਡ ਰਹੇ ਤੁਸੀਂ। ਬਾਕੀ ਹੁਣ ਤੁਸੀਂ ਮੈਨੂੰ ਕਮੈਂਟ ਸੁਝਾਅ ਕਰਿਓ ਵੀ ਠੀਕ ਹੋ ਜਾਊਗਾ ਕਿ ਨਹੀਂ।